ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਜੀ ਅਮਰਸਾ ਪੰਜਾਬ ਨਿਊ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਅੱਜ ਅਸੀਂ ਪਹੁੰਚੇ ਹਾਂ ਦਿਹਾਤੀ ਕਾਂਗਰਸ ਭਵਨ ਦੇ ਵਿੱਚ ਤੇ ਆਪਾਂ ਇੱਥੋਂ ਦੇ ਜਿਹੜੇ ਕਿ ਮੈਮ ਕਾਫੀ ਸਮੇਂ ਤੋਂ ਕਾਂਗਰਸ ਦੇ ਵਿੱਚ ਸੇਵਾ ਕਰ ਰਹੇ ਆ ਉਹਨਾਂ ਨੂੰ ਤੁਹਾਡੇ ਰੂਬੂ ਕਰਾਵਾਂਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲੇ ਜਿਹੜੀ ਸਾਡੀ ਗਰੁੱਪ ਹਤੇ ਆ ਉਹ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਮੈਂ ਜਿਸ ਤਰ੍ਹਾਂ ਕਿ ਕੋਰੋਨਾ ਮਹਾਮਾਰੀ ਜਿਹੜੀ ਹੈ ਫਿਰ ਤੋਂ ਦੁਬਾਰਾ ਪਿਛਲੇ ਸਾਲ ਵੀ ਬਹੁਤ ਜਨਨ ਕਿ ਹਾਨੀਕਾਰਕ ਰਹੀ ਹੈ ਇਸ ਸਾਲ ਫਿਰ ਆ ਕੇ ਨੇ ਬਹੁਤ ਦਦਨਾਇਕ ਜਿਸ ਤਰ੍ਹਾਂ ਕਿ ਮੋਤਾ ਵੀ ਹੋ ਰਹੀਆਂ ਵਾ ਇਸ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਪੰਜਾਬ ਪ੍ਰਦੇਸ਼ ਸ਼ਰੀਲਾ ਵਰਮਾ ਕਾਂਗਰਸ ਸੇਵਾਦਲ ਹੈ ਮੈਂ ਅੱਜਕਲ ਜ਼ਿਆਦਾਤਰ ਗ੍ਰਾਮੀਣ ਇਲਾਕਿਆਂ ਦੇ ਵਿੱਚ ਜਾ ਰਹੀ ਹਾਂ ਔਰ ਉਹਨਾਂ ਦੇ ਨਾਲ ਇਹ ਦੇਖ ਰਹੀ ਹਾਂ ਕੀ ਮਹਾਮਾਰੀ ਇੱਕ ਬੜੀ ਭਿਆਨਕਰ ਬਿਮਾਰੀ ਹੈ ਜਿਸ ਦੇ ਨਾਲ ਸਾਰਾ ਪੰਜਾਬ ਕੀ ਸਾਰਾ ਹਿੰਦੁਸਤਾਨ ਉਲਟਿਆ ਹੋਇਆ ਹੈ ਔਰ ਕੋਈ ਵੀ ਇਸ ਪਰ ਸੇ ਵਿਸ਼ੇਸ਼ ਰੂਪ ਦੇ ਨਾਲ ਧਿਆਨ ਨਹੀਂ ਦੇ ਰਿਹਾ ਅਗਰ ਧਿਆਨ ਦੇਣ ਸਾਰੀ ਸਰਕਾਰਾਂ ਆਪਸ ਦੇ ਵਿੱਚ ਮਿਲ ਕੇ ਪੰਜਾਬ ਸਰਕਾਰ ਹੈ ਸੈਂਟਰ ਸਰਕਾਰ ਹੈ ਸੈਂਟਰ ਸਰਕਾਰ ਨੇ ਅਣਗਹਿਲੀ ਕੀਤੀ ਹੋਈ ਹੈ ਅਗਰ ਸੈਂਟਰ ਸਰਕਾਰ ਪੰਜਾਬ ਨੂੰ ਥੋੜੀ ਜੀ ਅਹਿਮੀਅਤ ਦੇਵੇ ਕੈਪਟਨ ਸਰਕਾਰ ਜਿਹੜੀ ਹੈ ਉਹ ਉੱਛਲ ਕੇ ਬਾਹਰ ਆਂਦੀ ਹੈ ਜਿਹੜੇ ਕਿ ਅਸੀਂ ਦੇਖਦੇ ਪਿਆ ਹਸਪਤਾਲਾਂ ਦੇ ਵਿੱਚ ਸਕੂਲ ਸਾਰੇ ਬੰਦ ਹੋਏ ਪਏ ਨੇ ਸਕੂਲ ਬੰਦ ਹੈ ਤੇ ਆਫੀਸਾਂ ਦਾ ਜਾਰੀ ਕਰਦੇ ਨੇ ਫੀਸ ਦੇ ਦਿਓ ਫੀਸਾਂ ਦੇ ਦਿਓ ਦਾਖਲੇ ਦੇ ਦਿਓ ਪਰ ਆਨਲਾਈਨ ਦੇ ਉੱਪਰ ਇਹਨਾਂ ਦੀ ਸੈਟਿੰਗ ਹੋਈ ਹੋਈ ਹੈ ਇਸੇ ਤਰ੍ਹਾਂ ਹੀ ਜਿਹੜੇ ਗਰੀਬ ਇਲਾਕੇ ਨੇ ਸਲਾਮੇ ਏਰੀਆ ਨੇ ਉਹਨਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਉਹ ਵਿਚਾਰੇ ਸਵੇਰੇ ਕਣਕ ਢੋਕ ਲੈ ਜਾਂਦੇ ਨੇ ਔਰ ਲੈ ਆ ਕੇ ਵਾਪਸ ਕਰ ਦਿੰਦੇ ਨੇ ਜਿਨ੍ਹਾਂ ਕੋਲ ਨੀਲੇ ਕਾਰਡ ਨੇ ਉਹਨਾਂ ਨੂੰ ਜੇ 5 ਕਿਲੋ ਉਹਨਾਂ ਨੂੰ ਕਣਕ ਮਿਲਦੀ ਏ ਤੇ ਜਿਹੜਾ ਇਨਚਾਰਜ ਹੈ ਦੀਪੂ ਹੋਲਡਰ ਹੈ ਉਹ ਵਿੱਚੋਂ ਅੱਧੀ ਤੇ ਆਪ ਰੱਖ ਲੈਂਦਾ ਅੱਧੀ ਉਹਨਾਂ ਨੂੰ ਦੇ ਦਿੰਦਾ ਹੈ ਉਹ ਗਰੀਬ ਬੰਦਾ ਕਿੱਥੇ ਜਾਏਗਾ ਜਿਹੜੇ ਕਿ ਸਵੇਰੇ 350 ਰੁਪਏ ਕਮਾਉਣ ਵਾਲਾ ਹੈ ਅੱਜ ਉਹ 150 ਰੁਪਏ ਰੇੜੀਆਂ ਤੇ ਖਲੋ-ਖਲੋ ਕੇ ਆਪਣੀਆਂ ਚੀਜ਼ਾਂ ਵੇਚਦੇ ਨੇ ਚਾਰ ਬੱਚੇ ਉਹਨਾਂ ਦੇ ਖਾਣ ਵਾਲੇ ਨੇ ਦੋ ਬੱਚੇ ਉਹਦੇ ਬਿਮਾਰ ਪਏ ਨੇ ਉਸ ਨੂੰ ਕੌਣ ਦੇਖ ਰਿਹਾ ਹੈ ਕੈਪਟਨ ਸਰਕਾਰ ਤੇ ਦੇਖ ਰਹੀ ਹੈ ਲੇਕਿਨ ਕੈਪਟਨ ਸਰਕਾਰ ਨੂੰ ਪੂਰਾ ਉੱਪਰੋਂ ਆਲ ਇੰਡੀਆ ਵੱਲੋਂ ਮੋਦੀ ਸਰਕਾਰ ਵੱਲੋਂ ਕੋਈ ਅਹਿਮੀਅਤ ਨਹੀਂ ਮਿਲਦੀ ਪਈ ਉਸਨੇ ਤੇ ਪਾਲੇ ਹੋਏ ਨੇ ਕੁੱਤੇ ਐਮਰਜੈਂਸੀ ਕਰਕੇ ਉਹਨੂੰ ਸਾਥ ਦੇ ਰਿਹਾ ਅਮਰੀਕਾ ਦੇ ਰਿਹਾ ਚਾਈਨਾ ਦੇ ਰਿਹਾ ਰੂਸ ਦੇ ਰਿਹਾ ਹੈ ਨਾਈਜੀਰੀਆ ਵੀ ਦੇ ਰਿਹਾ ਹੈ ਇਹਨਾਂ ਨੇ ਆਪਸ ਦੇ ਵਿੱਚ ਗਿੱਟਮਿਟ ਰੱਖੀ ਹੋਈ ਹੈ ਤਾਂ ਕਿ ਪੰਜਾਬ ਦੇ ਵਿੱਚ ਹੌਂਦ ਜਿਹੜੀ ਹੈ ਪਹਿਲਾਂ ਵਰਗੀ ਨਾ ਬਣ ਸਕੇ ਕਿਉਂਕਿ ਇਹਨਾਂ ਦੇ ਇੰਟਰਨਲ ਜਿਹੜੇ ਨੇ ਪੁਆਇੰਟ ਬੜੇ ਔਖੇ ਹੁੰਦੇ ਨੇ ਸ਼ਾਨ ਨੂੰ ਖਾਂਦ ਨੇ ਸਵੇਰੇ ਭੁੱਲ ਜਾਂਦੇ ਨੇ ਇਸ ਵਾਸਤੇ ਅਸੀਂ ਤੁਸੀਂ ਸਾਰੇ ਰਲ ਕੇ ਇਹ ਜਿਹੜਾ ਕੋਵਾਇਡ ਹੈ ਅਸੀਂ ਸੋਚਦੇ ਪਿਆ ਕਿ ਬਹੁਤ ਹੀ ਨਾਜ਼ੁਕ ਬਿਮਾਰੀ ਹੈ ਇੱਕ ਘਰ ਦੇ ਵਿੱਚ ਚਾਰ ਬੰਦੇ ਨੇ ਚਾਰੇ ਦੇ ਚਾਰੇ ਅਗਰ ਉਹ ਬਿਮਾਰ ਨੇ ਤੇ ਕੈਪਟਨ ਸਰਕਾਰ ਕਿੰਨਾ ਕੋ ਉਹਨਾਂ ਨੂੰ ਕਰ ਲੈਂਦੀ ਹੈ ਹਸਪਤਾਲਾਂ ਦੇ ਵਿੱਚ ਬਿਮਾਰ ਪਏ ਹੋਏ ਨੇ ਉੱਥੇ ਆਕਸੀਜਨ ਨਹੀਂ ਹੈ ਉੱਥੇ ਆਕਸੀਜਨ ਦੀ ਲਗਾਉਣ ਦੀ ਕੋਈ ਮਸ਼ੀਨਾਂ ਨਹੀਂ ਹੈ ਉਹਨਾਂ ਦੇ ਕੋਲ ਬੈੱਡ ਨਹੀਂ ਹੈ ਜ਼ਮੀਨਾਂ ਦੇ ਉੱਪਰ ਪਏ ਨੇ ਚਾਦਰਾਂ ਵਿਛਾਵਾਂ ਛਾ ਕੇ ਲੰਮੇ ਪਏ ਹੋਏ ਨੇ ਕੱਲ ਮੈਂ ਦੇਖਿਆ ਤਾਲੀ ਦੇ ਨਾਲ ਦੋ ਬੋਤਲਾਂ ਗਲੂਕੋਜ਼ ਦੀਆਂ ਚੜ੍ਹਦੀਆਂ ਪਈਆਂ ਨੇ ਸੈਦਪੁਰ ਦੇ ਨੇੜੇ ਤੇੜੇ ਇਹ ਬੰਦੇ ਨੇ ਉਹ ਕੀ ਕਰਦੇ ਨੇ ਕਿ ਉਹਨਾਂ ਨੇ ਡਾਕਟਰ ਤੋਂ ਸ਼ੀਸ਼ ਭਰੀ ਆਈ ਐ ਆਓ ਡਾਕਟਰ ਸਾਹਿਬ ਦੇਖ ਲਓ ਡਾਕਟਰ ਗਿਆ ਦੇਖ ਕੇ ਆ ਗਿਆ ਯਾਰ ਇਹ ਡ੍ਰਿਪ ਤੇ ਲਗਾ ਦਿੱਤੀ ਐ ਤੂੰ ਦੇਖਦਾ ਰਹੀਂ ਮੈਂ ਹੁਣੇ ਆ ਜਾਂਦਾ ਐ ਇਹ ਉਹਨਾਂ ਦਾ ਚਾਲਾ ਹੈ ਕੀ ਇਹਨਾਂ ਨੇ ਵੈਕਸੀਨ ਵਰਤੀ ਵੈਕਸੀਨੇਸ਼ਨ ਜਿਹੜੇ ਅੱਜਕੱਲ ਅਸੀਂ ਸਾਰੇ ਉੱਪਰ ਤੋਂ ਥੱਲੇ ਤੱਕ ਮੋਦੀ ਸਰਕਾਰ ਵੀ ਕਰ ਰਹੀ ਐ ਪੰਜਾਬ ਸਰਕਾਰ ਵੀ ਕਰ ਰਹੀ ਐ ਕਿ ਹਰ ਆਦਮੀ ਨੂੰ ਇਹ ਲੱਗਣਾ ਚਾਹੀਦਾ ਇੰਜੈਕਸ਼ਨ ਪਰ ਇੰਜੈਕਸ਼ਨ ਲਗਾਉਣ ਵਾਸਤੇ ਅਗਰ ਉਹਦੇ ਕੋਲ 250 ਰੁਪਏ ਨਹੀਂ ਹੈ ਤੇ ਕਿਉਂ ਫ੍ਰੀ ਆਫ ਕਾਸਟ ਨਹੀਂ ਲੱਗ ਸਕਦਾ ਅਸੀਂ ਉਹਨਾਂ ਨੂੰ ਬਚਾ ਨਹੀਂ ਸਕਦੇ ਕੋਵਿਡ ਨੂੰ ਬਚਾਉਣ ਵਾਸਤੇ ਗਰੀਬ ਸੰਸਥਾ ਨੂੰ ਬਚਾਉਣ ਵਾਸਤੇ ਜੇ ਅਸੀਂ ਉਹਨਾਂ ਕੋਲ ਗ੍ਰਾਮੀਣ ਇਲਾਕਿਆਂ ਦੇ ਵਿੱਚ ਜਾ ਜਾ ਕੇ ਇਸਲਾਮ ਏਰੀਏ ਦੇ ਵਿੱਚ ਜਾ ਕੇ ਉਹਨਾਂ ਕੋਲ ਵੋਟਾਂ ਮੰਗ ਸਕਨੇ ਆ ਤੇ ਆਓ ਸਾਰੇ ਰਲ ਕੇ ਜਿਹੜਾ ਅਸੀਂ ਖੂਨ ਦਾਨ ਕਰਦੇ ਆ ਉਹ ਉਹਨਾਂ ਨੂੰ ਖੂਨ ਵੀ ਦਈਏ ਗੈਸ ਵੀ ਦਈਏ वैक्सीनेशन ਵੀ ਲਗਵਾਈਏ ਦਵਾਈਆਂ ਵੀ ਫ੍ਰੀ ਦਈਏ ਔਰ ਇਹ ਬਰਕਰਾਰ ਰੱਖਣ ਵਾਸਤੇ ਸਾਨੂੰ ਇੱਕ ਕੋਆਪਰੇਟ ਹੋ ਕੇ ਚੱਲਣਾ ਪਏਗਾ ਮੈਮ ਜਿਸ ਤਰ੍ਹਾਂ ਕੀ ਇੰਜੈਕਸ਼ਨ ਦੀ ਤੁਸੀਂ ਗੱਲ ਕੀਤੀ ਹੈ ਅਸੀਂ ਦੇਖ ਰਹੇ ਹਾਂ ਕਿ ਕੁਝ ਜਿਹੜੇ ਲੋਕਾਂ ਨੇ ਇੰਜੈਕਸ਼ਨ ਲਵਾਏ ਆ ਉਹਨਾਂ ਦੀ ਮੋਤਾਂ ਹੋ ਰਹੀਆਂ ਵਾਂ ਜਾਂ ਕੀ ਉਹਨਾਂ ਨੂੰ ਸਾਈਡ ਇਫੈਕਟ ਹੋ ਰਹੇ ਆ ਇਸ ਬਾਰੇ ਥੋੜਾ ਦੱਸੋ ਇਹ ਸਿਰਫ ਵਹਿਮ ਹੈ ਵੈਕਸੀਨੇਸ਼ਨ ਦਾ ਜਿਹੜਾ ਮਰਦਾ ਪਿਆ ਹੈ ਬੰਦਾ ਉਹ ਵੈਕਸੀਨੇਸ਼ਨ ਕਰਕੇ ਨਹੀਂ ਮਰਦਾ ਪਿਆ ਉਸ ਦੇ ਅੰਦਰ ਕੋਈ ਨਾ ਕੋਈ ਬਿਮਾਰੀ ਦੀ ਕਣੀ ਰਹਿ ਜਾਂਦੀ ਹੈ ਜਾਂ ਉਹ ਅਲਗੈਲੀ ਕਰ ਜਾਂਦਾ ਹੈ ਸਿਰਫ ਇੱਕ ਜਿਸ ਵਕਤ ਸੂਈ ਦਾ ਪ੍ਰਿਕ ਹੁੰਦਾ ਹੈ ਮਰੀ ਦੇ ਨੇ ਦਰਦ ਹੁੰਦੀ ਹੈ ਇੱਕ ਦੋ ਦਿਨ ਬੁਖਾਰ ਚੜਦਾ ਹੈ ਤੇ ਉਹ ਆਪਣੀ ਅਲਗੈਲੀ ਕਿਉਂ ਛੱਡਦਾ ਕਿਸੇ ਨੂੰ ਮਿਲਣ ਚਲਾ ਜਾਂਦਾ ਤੇ ਸਾਬਣ ਨਾਲ ਹੱਥ ਨਹੀਂ ਧੋਂਦੇ ਮਾਰਸ ਲੱਗਾ ਤੇ ਨਹੀਂ ਲੱਗਾ ਖਾਣ ਨੂੰ ਬੈਜ ਜਾਂਦਾ ਤਲੀਆਂ ਚੀਜ਼ਾਂ ਜੇ ਡਾਕਟਰ ਨੇ ਉਹਨੂੰ ਮਨਾ ਕੀਤਾ ਕਿ ਇਹ ਚੀਜ਼ ਨਹੀਂ ਖਾਣੀ ਚਾਹੀਦੀ ਤੇ ਉਹ ਨਹੀਂ ਖਾਣੀ ਹੈ ਜੇ ਉਸ ਨੂੰ ਆਰਾਮ ਕਰਨ ਨੂੰ ਕਿਹਾ ਤੇ ਉਹਨੇ 3 ਦਿਨ 2 ਦਿਨ ਆਰਾਮ ਕਰੋ ਮੜਾ ਜਿਆ ਬੁਖਾਰ ਆਂਦਾ ਹੈ ਔਰ ਉਸ ਤੋਂ ਬਾਅਦ ਵੈਕਸੀਨੇਸ਼ਨ ਲਗਵਾਉਣਾ ਇਹ ਟੀਕਾ ਕਰਨਾ ਬਹੁਤ ਜ਼ਰੂਰੀ ਹੈ ਸਾਰੇ ਰਲ ਕੇ ਮਿਲ ਕੇ ਗਰੀਬਾਂ ਨੂੰ ਵੀ ਲਗਵਾਓ ਤੇ ਅਮੀਰਾਂ ਨੂੰ ਵੀ ਲਗਾਓ ਇਹ ਛੱਡਣਾ ਨਹੀਂ ਚਾਹੀਦਾ ਤਾਂ ਇਸ ਬਿਮਾਰੀ ਤੋਂ ਸਾਡਾ ਛੁਟਕਾਰਾ ਹੋ ਸਕਦਾ ਹੈ ਜੀ ਤੇ ਮੈਮ ਇੱਕ ਹੋਰ ਮੈਂ ਤੁਹਾਨੂੰ ਸਵਾਲ ਕਰਾਂਗਾ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹੁੰਦੇ ਹਾਂ ਜੀਡੀ ਰੋਡ ਤੇ ਬਾਈਪਾਸ ਦੇ ਉੱਤੇ ਅ ਦਰਖਤ ਵੇਖਣ ਨੂੰ ਮਿਲਦੇ ਹੁੰਦੇ ਸੀ ਅ ਅੱਜ ਜੇ ਆਪਾਂ ਦੇਖੀਏ ਜਿਸ ਤੋਂ ਆਨੂੰ ਆਕਸੀਜਨ ਮਿਲਦੀ ਹੈ ਉਹਦੇ ਦਰਖਤ ਹੈ ਨਹੀਂ ਆ ਸਿਰਫ ਇੱਕ ਦਿਖਾਵੇ ਵਾਸਤੇ ਕੁਝ ਇਹੋ ਜਿਹਾ ਬ੍ਰਿਕਸ ਲਾ ਦਿੱਤੇ ਹੋਏ ਆ ਜਿੰਨਾ ਤੁਹਾਨੂੰ ਆਕਸੀਜਨ ਨਹੀਂ ਮਿਲ ਸਕਦੀ ਇਸ ਬਾਰੇ ਵੀ ਥੋੜਾ ਜਿਹਾ ਦੱਸੋ ਇਹ ਸਾਡਾ ਨਗਰ ਨਿਗਮ ਦਾ ਹੈ ਰਿੰਦੂ ਸਾਹਿਬ ਨੇ ਜਿਹੜੇ ਕਿ ਮੇਅਰ ਹੈਗੇ ਨੇ ਉਹਨਾਂ ਨੇ ਇਹ ਰਵੈਤ ਸ਼ੁਰੂ ਕੀਤੀ ਹੋਈ ਹੈ ਮੈਂ ਉਹਨਾਂ ਦਾ ਧੰਨਵਾਦ ਕਰਦੀ ਆਂ ਨਾਲ ਹੀ ਆਪਣੇ ਇੰਪਰੂਵਮੈਂਟ ٹرسٹ ਦੇ ਦਿਨੇਸ਼ ਬੱਸੀ ਜੀ ਨੇ ਉਹਨਾਂ ਦਾ ਸਾਥ ਦੇਣ ਵਾਸਤੇ ਉਹਨਾਂ ਨੇ ਪਬਲਿਕ ਨੂੰ ਤਿਆਰ ਕੀਤਾ ਹੈ ਕਿ ਉਹ ਦਰਖਤ ਲਗਵਾਈਏ ਜਿਨ੍ਹਾਂ ਤੋਂ ਸਾਨੂੰ ਆਕਸੀਜਨ ਮਿਲ ਸਕਦੀ ਹੈ ਉਹ ਦਰਖਤ ਥੋੜੇ ਜੇ ਲੰਬੇ ਕਰ ਦੇਣੇ ਚਾਹੀਦੇ ਨੇ ਜਿਹੜੇ ਸਿਰਫ ਦਰਖਤ ਹੀ ਦਰਖਤ ਰਹਿਣ ਤੇ ਉਹਨਾਂ ਤੇ ਨਾ ਫਲ ਹੋਵੇ ਨਾ ਬੂਟਾ ਹੋਵੇ ਨਾ ਫਲ ਕੋਈ ਚੀਜ਼ ਹੋਵੇ ਇਹ ਪੌਦੇ ਨਹੀਂ ਲੱਗਣੇ ਚਾਹੀਦੇ ਏ ਅਸੀਂ ਗਵਰਨਮੈਂਟ ਦੇ ਅੱਗੇ ਫੇਰ ਬੇਨਤੀ ਕਰਾਂਗੇ ਕਿ ਜਿਸ ਨਾਲ ਪਹਿਲੇ ਦਰਖਤ ਲੱਗੇ ਹੋਏ ਸੀ ਸੜਕਾਂ ਦੇ ਹਾਲੇ ਦੁਆਲੇ ਵੀ ਔਰ ਖੁੱਲੇ ਏਰੀਏ ਦੇ ਵਿੱਚ ਵੀ ਔਰ ਨਦੀਆਂ ਦੇ ਕਿਨਾਰੇ ਨਹਿਰਾਂ ਦੇ ਕਿਨਾਰੇ ਲੱਗੇ ਹੋਏ ਸੀ ਕਿਉਂਕਿ ਇਹਨਾਂ ਤੋਂ ਹੀ ਆਕਸੀਜਨ ਜਿਹੜੀ ਹੈ ਉਹ ਪੈਦਾ ਹੁੰਦੀ ਹੈ ਅੱਜ ਆਕਸੀਜਨ ਮੰਗਣ ਵਾਸਤੇ ਅਸੀਂ ਲੱਖਾਂ ਹੀ ਰੁਪਏ ਬਰਬਾਦ ਕਰਦੇ ਪਏ ਔਰ ਉਹਨਾਂ ਨੂੰ ਕਹਿੰਦੇ ਸਾਨੂੰ ਆਕਸੀਜਨ ਦਿਓ ਜੀ ਮਰੀਜ਼ਾਂ ਵਾਸਤੇ ਅਸੀਂ ਹੀ ਪੈਦਾ ਕਰਨੀ ਹੈ ਤੇ ਮੈਂ ਇਹਨਾਂ ਨੂੰ ਨਗਰ ਨਿਗਮ ਇੰਪਰੂਵਮੈਂਟਸ ਦੇ ਚੇਰਮੈਨ ਨੂੰ ਦੋਨੋਂ ਨੂੰ ਰਿਕਵੈਸਟ ਕਰਦੀਆਂ ਕਿ ਕਾਂਗਰਸ ਸੇਵਾ ਦਲ ਵੱਲੋਂ ਸਾਡੇ ਇਹ ਰਿਕਵੈਸਟ ਹੈ ਕਿ ਉੱਪਰ 올 ਇੰਡੀਆ ਦੇ ਇੰਚਾਰਜ ਲਾਲਜੀ ਦੇਸਾਈ ਜਿਨ੍ਹਾਂ ਨੇ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਹੋਲਡ ਕੀਤਾ ਹੋਇਆ ਔਰ ਸਾਨੂੰ ਉਹਨਾਂ ਨੇ ਕੋਵਿਡ ਦੇ ਮੈਂਬਰ ਬਣਾਉਣ ਦੇ ਨਾਤੇ ਇਹੋ ਹੀ ਕਿਹਾ ਹੈ ਘਰ ਘਰ ਜਾਓ ਸਲਮ ਏਰੀਆ ਨੂੰ ਉਠਾਓ ਆਕਸੀਜਨ ਦਿਓ ਵੈਕਸੀਨੇਸ਼ਨ ਦਾ ਜਿਹੜਾ ਹੈ ਪ੍ਰਚਾਰ ਉਹ ਕਰੋ ਗਰੀਬ ਆਦਮੀ ਨੂੰ ਮਰਨ ਤੋਂ ਬਚਾ ਲੋ ਇਫੀ ਸਾਡੀ ਰਿਕਵੈਸਟ ਹੈ ਕਿ ਰਲ ਕੇ ਮਿਲ ਕੇ ਇਹ ਕੰਮ ਕਰਨਾ ਚਾਹੀਦਾ ਹੈ ਜੀ ਧੰਨਵਾਦ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਕੈਂਟੀ ਦੇ ਬਟਨ ਨੂੰ ਜਰੂਰ ਦਬਾਓ